ਸਵਾਗਤ ਬਾਈ ਤੁਹਾਡਾ ਸਭ ਦਾ ਯਾਰ ਨਵੇਂ-ਨਵੇਂ ਬਲੌਗ ਦੇ ਵਿੱਚ ਗੇਟ ਮੈਂ ਖੋਲ ਲਿਆ ਬਾਈ ਇਹ ਮੈਂ ਤੁਹਾਨੂੰ ਬਾਈ ਪਿਛਲੇ ਬਲੌਗ ਦੇ ਵਿੱਚ ਦਿਖਾਇਆ ਸੀ ਵੀ ਇਧਰ ਲਈ ਮੈਂ ਤੁਹਾਨੂੰ ਕੀ ਦਿਖਾਉਣਿਆ ਬਾਈ ਜੋੜੇ ਜਦੋਂ ਬਾਈ ਕਬੂਤਰੀਆਂ ਨੇ ਇੱਥੇ ਪਹਿਲਾ ਅੰਡੇ ਦਿੱਤੇ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਬਾਈ ਇਧਰ ਤੋਂ ਸ਼ੁਰੂ ਕਰਦੇ ਆਂ ਤੇ ਉਸ ਤੋਂ ਬਾਅਦ ਵਿੱਚ ਬਾਈ ਫਿਰ ਆਪਾਂ ਸ਼ੁਰੂ ਕਰਿਆ ਇਧਰ ਤੋਂ ਇਧਰ ਤੋਂ ਤੇ ਐਂਡ ਕਰਿਆ ਸੀ ਆਪਾਂ ਇੱਥੇ ਆ ਕੇ ਕਿਉਂਕਿ ਬਾਈ ਇੱਥੇ ਇਹ ਕਬੂਤਰੀ ਦੇ ਸੀ ਬੱਚੇ ਠੀਕ ਆ ਅੱਜ ਵੀ ਬਾਈ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਆ ਦੇਖੋ ਬਾਈ ਕਬੂਤਰ ਬੈਠਾ ਇਸ ਵਕਤ ਦੋ ਅੰਡਿਆਂ ਦੇ ਉੱਪਰ ਤੇ ਇਹਦੀ ਬਾਈ ਕਬੂਤਰੀ ਹੈਗੀ ਆ ਮੈਂ ਤੁਹਾਨੂੰ ਦੱਸ ਰਿਹਾ ਬਾਈ ਚੰਗੀ ਤਰ੍ਹਾਂ ਇਹ ਵਾਲੀ ਠੀਕ ਆ ਆ ਲਓ ਬਾਈ ਨੇੜੇ ਤੋਂ ਦੇਖ ਲਓ ਤੇ ਫੇਰ ਆ ਗਿਆ ਬਾਈ ਦੂਜਾ ਖਾਨਾ ਇੱਧਰ ਹੈਗਾ ਬਾਈ ਇਹ ਬਾਜੀ ਵਾਲਾ ਕਬੂਤਰ ਜੋ ਆਪਾਂ ਕਾਫੀ ਟਾਈਮ ਪਹਿਲਾਂ ਬਾਜੀ ਤੋਂ ਫੜਿਆ ਸੀ ਤੇ ਇਹਦੇ ਹੈਗੇ ਆ ਬਾਈ ਦੋ ਬੱਚੇ ਕਬੂਤਰ ਦੀ ਕਬੂਤਰੀ ਹੈਗੀਆਂ ਤੁਹਾਡੀ ਸਭ ਦੀ ਫੇਵਰੇਟ ਇਹ ਬਾਈ ਗੋਲੀ ਕਬੂਤਰੀ ਤੇ ਫੇਰ ਵਾਰੀ ਆ ਗਈ ਬਾਈ ਤੀਜੇ ਖਾਨੇ ਦੀ ਇੱਕ ਬਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰੀ ਸੀ ਵੀ ਇਹ ਜੋੜਾ ਉਧਰ ਹੁੰਦਾ ਸੀ ਵੀ ਆਪਾਂ ਉਧਰ ਤੋਂ ਇੱਧਰ ਕਰਿਆ ਵੀ ਇਹ ਥੋੜੇ ਦਿਨਾਂ ਦੇ ਵਿੱਚ ਵਿੱਚ ਅੰਡੇ ਦੇ ਦੂਗੀ ਇਹ ਕਬੂਤਰੀ ਨੇ ਵੀ ਬਾਈ ਦੋਨੋਂ ਅੰਡੇ ਦੇ ਤੇ ਆਹ ਦੇਖੋ ਕਬੂਤਰੀ ਤੇ ਇਹਦੇ ਪਿਛਲੇ ਪਾਸੇ ਬੈਠਾ ਬਾਈ ਕਬੂਤਰ ਇਹ ਕਬੂਤਰ ਬਾਈ ਮੈਨੂੰ ਜਿੰਨੇ ਵੀ ਆਪਣੇ ਕੋਲ ਸਾਰੇ ਸੈਟਅਪ ਤੇ ਕਬੂਤਰ ਨੇ ਨਾ ਸਭ ਤੋਂ ਬਾਈ ਸੋਹਣਾ ਇਹ ਲੱਗਦਾ ਇਹਦੀਆਂ ਮੈਨੂੰ ਅੱਖਾਂ ਸੋਹਣੀਆਂ ਲੱਗਦੀਆਂ ਨੇ ਆਹ ਦੇਖੋ ਤੇ ਫੇਰ ਵਾਰੀ ਆ ਗਈ ਬਾਈ ਥੱਲੇ ਤੀਜੇ ਖਾਨੇ ਦੀ ਇਹ ਹੈਗਾ ਬਾਈ ਬਾਜੀ ਵਾਲਾ ਵੱਡਾ ਕਬੂਤਰ ਤੇ ਇਹ ਦੀ ਬਾਈ ਕਬੂਤਰੀ ਹੈਗੀ ਆ ਆ ਦੇਖੋ ਜਮਾ ਇਹਦੇ ਨਾਲ ਦੀ ਤੇ ਇਹਨੇ ਬਾਈ ਇਹਨਾਂ ਦੇ ਦੋ ਬੱਚੇ ਆ ਦੇਖੋ ਇਹ ਵੀ ਬੱਚੇ ਜਮਾ ਨੇ ਠੀਕ ਤੇ ਉਸ ਤੋਂ ਬਾਅਦ ਵਿੱਚ ਆ ਜੰਨੇ ਆ ਬਾਈ ਇੱਥੇ ਇਹ ਹੈਗੀ ਆ ਬਾਈ ਕਬੂਤਰੀ ਤੇ ਇਹ ਤਾਂ ਬਾਈ ਕਬੂਤਰ ਹੈਗਾ ਇਹ ਵਾਲਾ ਆ ਦੇਖੋ ਤੇ ਇਹਦੇ ਵੀ ਬਾਈ ਦੋਨੋਂ ਬੱਚੇ ਇਹ ਆ ਲਓ ਜਮਾ ਠੀਕ ਨੇ ਤੇ ਫੇਰ ਆਪਾਂ ਆ ਜੰਨੇ ਆ ਬਾਈ ਇਧਰ ਇਹ ਕਬੂਤਰੀ ਯਾਰ ਪਿਛਲੀ ਵਾਰ ਨਾ ਦੋ ਅੰਡੇ ਦਿੱਤੇ ਦੋ ਅੰਡਿਆਂ ਦੇ ਵਿੱਚੋਂ ਇੱਕ ਦੇ ਵਿੱਚ ਬੱਚਾ ਬਣ ਗਿਆ ਸੀ ਪਰ ਬੱਚੇ ਤੋਂ ਬਾਹਰ ਨਹੀਂ ਸੀ ਆਇਆ ਗਿਆ ਪਿਛਲੀ ਵਾਰ ਇਹ ਕਬੂਤਰੀ ਨਾਲ ਇਹ ਸਭ ਹੋਇਆ ਸੀ ਯਾਰ ਇਸ ਵਾਰ ਵੀ ਐਵੇਂ ਹੀ ਹੋਇਆ ਇਹ ਕਬੂਤਰੀ ਦੇ ਬਾਈ ਇੱਕ ਅੰਡੇ ਦੇ ਵਿੱਚੋਂ ਬੱਚਾ ਬਾਹਰ ਆ ਗਿਆ ਤੇ ਜੋ ਦੂਜਾ ਅੰਡਾ ਸੀ ਨਾ ਉਹਦੇ ਵਿੱਚ ਸੀ ਬਾਈ ਬੱਚਾ ਡੈਡ ਇਹ ਤਾਂ ਯਾਰ ਮੈਂ ਤੁਹਾਨੂੰ ਤਾਂ ਬੱਚੇ ਦਿਖਾ ਰਿਆ ਨਹੀਂ ਮੈਂ ਨਹੀਂ ਬਾਈ ਕਿਸੇ ਕਬੂਤਰ ਨੂੰ ਹੱਥ ਲਾਉਂਦਾ ਨਾ ਬਾਈ ਮੈਂ ਕਿਸੇ ਕਬੂਤਰੀ ਨੂੰ ਹੱਥ ਲਾਉਣਾ ਕਿਉਂਕਿ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਬਾਈ ਸਾਨੂੰ ਬੱਚੇ ਦਿਖਾ ਦੀ ਤੇ ਉਸ ਤੋਂ ਬਾਅਦ ਵਿੱਚ ਵਾਰੀ ਆ ਗਈ ਬਾਈ ਇੱਧਰ ਇਹ ਹੈਗਾ ਬਾਈ ਕਬੂਤਰ ਤੇ ਆ ਲਓ ਬਾਈ ਠੀਕ ਆ ਤੇ ਇਹ ਹੈਗੇ ਬਾਈ ਇਹਦੇ ਦੋਨੋਂ ਬੱਚੇ ਤੇ ਇਹਦੀ ਕਬੂਤਰੀ ਹੈਗੀ ਆ ਬਾਈ ਆ ਦੇਖੋ ਤੇ ਉਸ ਤੋਂ ਬਾਅਦ ਵਿੱਚ ਆ ਜੰਨੇ ਆ ਬਾਈ ਇਧਰ ਤੇ ਇਹ ਆ ਬਾਈ ਕਬੂਤਰੀ ਤੇ ਇਹਨੇ ਬਾਈ ਇਹਦੇ ਦੋ ਬੱਚੇ ਆ ਲਓ ਚੰਗੀ ਤਰ੍ਹਾਂ ਦੇਖੋ ਤੇ ਬੱਚੇ ਬਾਈ ਪੂਰੇ ਕੀਨੇ ਮੋਟੇ ਨੇ ਆ ਲਓ ਇਹਨਾਂ ਨੂੰ ਵੀ ਹੁਣ ਆਪਾਂ ਥੋੜੇ ਦਿਨਾਂ ਤੱਕ ਛਤਰੀ ਤੇ ਬਿਠਾਉਣ ਲੱਗ ਜਾਣਾ ਤੇ ਉਸ ਤੋਂ ਬਾਅਦ ਵਿੱਚ ਆ ਜੰਨੇ ਆ ਬਾਈ ਉੱਪਰ ਇਧਰ ਵੀ ਦੇਖੋ ਇਹ ਹੈਗਾ ਬਾਈ ਬੱਚਾ ਤੇ ਇਧਰ ਇਹ ਵੀ ਹੈਗਾ ਬਾਈ ਬੱਚਾ ਠੀਕ ਆ ਤੇ ਇਹਨਾਂ ਦੇ ਮਾਪੇ ਪਾਪ ਹੈਗੇ ਆ ਬਾਈ ਇਹ ਤਾਂ ਜਾਂਦੀ ਆ ਕਬੂਤਰੀ ਠੀਕ ਆ ਆ ਲੋ ਤੇ ਇਹ ਹੈਗਾ ਬਾਈ ਕਬੂਤਰ ਤੇ ਹੁਣ ਆਪਾਂ ਚੱਲਦੇ ਆਂ ਬਾਈ ਦੂਜੇ ਖੁੱਡੇ ਦੇ ਵਿੱਚ ਕਿਉਂਕਿ ਹੁਣ ਮੈਂ ਤੁਹਾਨੂੰ ਬੱਚੇ ਵੀ ਸਾਰੇ ਦਿਖਾ ਦਿੰਨਾ ਇਹ ਜੋ ਵਲੌਗ ਹੋਊਗਾ ਬਾਈ ਕੱਲੇ ਛੱਤ ਵਾਲੇ ਕਬੂਤਰਾਂ ਦਾ ਹੋਊਗਾ ਮੈਂ ਯਾਰ ਇੱਧਰਲਾ ਖੋਲਣ ਲੱਗਿਆ ਸੀ ਗੇਟ ਬਾਈ ਕੈਮਰਾ ਬੰਦ ਸੀ ਅਰਮਾਨ ਨੇ ਪਤਾ ਕੀ ਦੇਖਿਆ ਆਹ ਦੇਖੋ ਬਾਈ ਆਪਾਂ ਜੋ ਕਬੂਤਰ ਡਾਇਏ ਸੀ ਨਾ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਆਹ ਜਾਂਦਾ ਇਹਦੇ ਪਿੱਛੇ ਪੈ ਗਿਆ ਬਾਈ ਬਾਜ ਲਗੜ ਪੈ ਗਈ ਇਹਦੇ ਪਿੱਛੇ ਬਾਈ ਉੱਥੇ ਨਾ ਜਮਾ ਨੀਮਾ ਹੋ ਕੇ ਥੱਲੇ ਗਿਰ ਗਿਆ ਤੇ ਉੱਥੋਂ ਬਾਈ ਉੱਡ ਕੇ ਫੇਰ ਆ ਆ ਗਿਆ ਕਿੱਥੇ ਚਲੇ ਗਿਆ ਰਮਨ ਦੇਖੀ ਹੁਣ ਤੇ ਇੱਕ ਉੱਡਦਾ ਬਾਈ ਇਹ ਕਬੂਤਰ ਹੁਣ ਮੈਨੂੰ ਡਰਾ ਯਾਰ ਕਿਤੇ ਇਹ ਕਬੂਤਰ ਉੱਚਾ ਵੀ ਇਹਦੇ ਮਗਰ ਲਗੜ ਨਾ ਪੈ ਜੇ ਰਮਨ ਧਿਆਨ ਰੱਖੀ ਪੂਰਾ ਇੱਧਰ ਉੱਧਰ ਠੀਕ ਆ ਬਸ ਹੁਣ ਇਹਨਾਂ ਨੂੰ ਵੀ ਆਪਾਂ ਯਾਰ ਥੋੜੇ ਟਾਈਮ ਤੱਕ ਕਰ ਲੈਣੇ ਆ ਥੱਲੇ ਬਸ ਜਿੰਨਾ ਕੁ ਓਡਾਉਣਾ ਸੀ ਓੜਾਤਾ ਇਹ ਤਾਂ ਯਾਰ ਅੱਜ ਇੱਕ ਮੈਂ ਉਦਾਂ ਹੀ ਪੰਗਾ ਲੈ ਲਿਆ ਮੈਂ ਕਿਹਾ ਮੇਰਾ ਦਿਲ ਕਰਦਾ ਵੀ ਚਲੋ ਮੈਂ ਦੋ ਕਬੂਤਰ ਓੜਾ ਦਿੰਨਾ ਵੀ ਫੇਰ ਮੈਂ ਸ਼ਾਮ ਨੂੰ ਆਪਦੇ ਆਪ ਥੱਲੇ ਕਰ ਲੂੰਗਾ ਅੱਜ ਬਾਈ ਆਪਣੇ ਕਬੂਤਰਾਂ ਨੂੰ ਪਹਿਲੀ ਵਾਰ ਲਗੜ ਪਈ ਆ ਇਹਦੇ ਮਗਰ ਲਗੜ ਪੈ ਗਈ ਸੀ ਆ ਦੇਖੋ ਆ ਆ ਗਿਆ ਬਚ ਗਿਆ ਬਾਈ ਤੇ ਹੁਣ ਬਾਈ ਮੈਂ ਆ ਲੋ ਗੇਟ ਖੋਲ ਲਿਆ ਪਹਿਲਾ ਕੰਮ ਜਰਾ ਪਹਿਹੀ ਕਰਦੇ ਆ ਆ ਆ ਗਿਆ ਕਬੂਤਰ ਬਸ ਛਤਰੀ ਤੇ ਇੱਕ ਬੱਚਾ ਬਿਠਾਉਣ ਦੀ ਦੇਰ ਆ ਇਹਨੇ ਤਾਂ ਬਾਈ ਨਾਲ ਦੀ ਨਾਲ ਆ ਕੇ ਬੈਠ ਜਾਣਾ ਛਤਰੀ ਤੇ ਅਰਮਾਨ ਦੂਜਾ ਬੱਚਾ ਥੋੜਾ ਜਿਹਾ ਉੱਚਾ ਦੋਹਾਂ ਦਾ ਕਿਹੜਾ ਇਹ ਛਤਰੀ ਤੇ ਬਿਠਾਉਣੇ ਵਾਲਾ ਦਿਖਾਈ ਇਧਰੋਂ ਦਿਖਾਈ ਇਹਦੇ ਆ ਖੋਨ ਖੰਭ ਅਰਮਾਨ ਨੂੰ ਬਾਈ ਆਪਣੇ ਕੱਲੇ ਕੱਲੇ ਕਬੂਤਰ ਦੀ ਨਿਸ਼ਾਨੀ ਆ ਹਲੇ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਆਪਾਂ ਕਬੂਤਰ ਛਤਰੀ ਤੇ ਬਿਠਾਉਨੇ ਅਰਮਾਨ ਨੇ ਬਾਈ ਉਹਨੇ ਟਾਈਮ ਨੂੰ ਅੰਦਰ ਤੋਂ ਕੱਢਿਆ ਤੇ ਆ ਚੱਕੋ ਬਾਈ ਛਤਰੀ ਤੇ ਬਿਠਾਤਾ ਤੇ ਉੱਡਦਾ ਕਬੂਤਰ ਵੀ ਬਾਈ ਆ ਗਿਆ ਆਪਣਾ ਇਸ ਵਾਰ ਵਾਲੇ ਕਬੂਤਰਾਂ ਨੂੰ ਥੱਲੇ ਵਾਲਿਆਂ ਨੂੰ ਇਹ ਤਾਂ ਹੋਰੇ ਕੋਸ਼ਾ ਕੋਈ ਜਾਨਵਰ ਬਾਈ ਬੜਾ ਵਧੀਆ ਰੰਗ ਹੋਇਆ ਇਹ ਕਬੂਤਰ ਨੂੰ ਵੀ ਉਹਨੂੰ ਵੀ ਜੋ ਬਾਈ ਥੱਲੇ ਕਮਰੇ ਦੇ ਵਿੱਚ ਨੇ ਉਹ ਕਬੂਤਰਾਂ ਨੂੰ ਵੀ ਤੇ ਜੋ ਬਾਈ ਇੱਧਰ ਨੇ ਬੱਚੇ ਉਹਨਾਂ ਨੂੰ ਵੀ ਸਾਰਿਆਂ ਨੂੰ ਵਧੀਆ ਰੰਗ ਹੋਇਆ ਆ ਗਿਆ ਅਰਮਾਨ ਆ ਗਿਆ ਇਹਦੀ ਆਪਾਂ ਥੋੜੀ ਜਿਹੀ ਇੱਕ ਬਈ ਢਕਾਈ ਜੀ ਦੇ ਦਿੰਨੇ ਆ ਆ ਲੋ ਮੈਂ ਗੇਟ ਖੋਲਤਾ ਅਰਮਾਨ ਹੁਣ ਕੋ ਹਾਂ ਆ ਗਿਆ ਆ ਗਿਆ ਅਰਮਾਨ ਕਰਦੇ ਬੰਦ ਕਰਦੇ ਬੰਦ ਅਰਮਾਨ ਹਾਂ ਇਹਨੂੰ ਐਵੇਂ ਬਿਠਾ ਛਤਰੀ ਤੇ ਅਰਮਾਨ ਇਹ ਉੱਚਾ ਇਹਨੇ ਇਕੱਲੇ ਨਹੀਂ ਉੱਡੀ ਜਾਣਾ ਇਹਨੂੰ ਵੀ ਥੱਲੇ ਕਰਨਾ ਜ਼ਰੂਰੀ ਆ ਦੇ ਦੀ ਢਕਾਈ ਜੀ ਆ ਗਿਆ ਭਾਈ ਕਬੂਤਰ ਜੋ ਨਹੀਂ ਮਾਨੀ ਮੌਤ ਦਾ ਸੀ ਬਚ ਗਿਆ ਤੂੰ ਆ ਜਾ ਭਾਈ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ 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 ਆ ਗਿਆ ਆ ਗਿਆ ਆ ਗਿਆ ਆ ਆ ਗਿਆ ਬੈਠ ਜੇ ਬਸ ਯਾਰ ਹੁਣ ਤਾਂ ਆਹ ਦੇਖੋ ਬਾਈ ਉੱਚਾ ਯਾਰ ਉਹਦਾ ਡਰਾਮਾ ਆ ਗਿਆ ਬਾਈ ਹੁਣ ਤਾਂ ਅੱਗੇ ਨਾਲ ਕਾਫੀ ਫਰਕ ਪੈ ਗਿਆ ਨੀਮਾ ਹੋ ਗਿਆ ਹਾਂ ਰਮਨ ਐ ਦੇ ਦੀਆਂ ਵੱਡੀਆਂ ਵੱਡੀਆਂ ਜੀਆਂ ਬੜਕਈਆਂ ਤਾਂ ਜੋ ਉੱਪਰਲੇ ਕਬੂਤਰ ਨੂੰ ਚੰਗੀ ਤਰ੍ਹਾਂ ਇਹ ਕਬੂਤਰ ਦਿਖੇ ਤੇ ਬਾਈ ਉੱਪਰਲੇ ਕਬੂਤਰ ਦਾ ਵੀ ਦਿਲ ਕਰੇ ਵੀ ਉਹ ਰਾਮਨਾ ਛਤਰੀ ਤੇ ਬੈਠਾ ਵੀ ਮੈਂ ਵੀ ਜਾ ਕੇ ਬੈਠਾਂ ਆ ਗਿਆ ਰਮਨ ਆ ਗਿਆ ਆ ਗਿਆ ਧਿਆਨ ਰੱਖੀ ਇੱਧਰ ਵੀ ਉਹਨੇ ਐਵੇਂ ਸਿੱਧਾ ਗੋਲੀਆਂ ਅੰਦਰ ਜਾਣ ਚੱਲ ਫਿਰ ਤੋਂ ਦੁਬਾਰਾ ਬਾਹਰ ਕੱਢ ਲਾਂਗੇ ਇਹ ਕਿਹੜਾ ਬਾਈ ਕੁੰਬ ਦਾ ਮੇਲਾ ਯਾਰ ਜੋ 12 ਸਾਲ ਬਾਅਦ ਆਉਣਾ ਇਹ ਤਾਂ ਫੇਰ ਕੱਢ ਲਓ ਫੇਰ ਛੱਡ ਦਿਓ ਆ ਗਿਆ ਰਮਨ ਆ ਗਿਆ ਆ ਗਿਆ ਆ ਆ ਲੋ ਭਾਈ ਜਮਾ ਬੜੀਆ ਟਾਈਮ ਤੇ ਬੜਕਾਈ ਦਿੱਤੀ ਆ ਆ ਗਿਆ ਉਧਰੋਂ ਉਹ ਵੀ ਆ ਗਿਆ ਪਹਿਲਾਂ ਮੈਂ ਤੁਹਾਨੂੰ ਇਹੀ ਛਤਰੀ ਤੇ ਬੈਠਦਾ ਦਿਖਾਉਂਗਾ ਆ ਗਿਆ ਦੂਜਾ ਕਿੱਥੇ ਆ ਰਮਨ ਕਿੱਥੇ ਆ ਕਿਉਂਕਿ ਇਹ ਲਗੜ ਬਾਈ ਬਠਾ 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 ਆ ਐਵੇਂ ਬਠਾ ਆ ਗਿਆ ਇਹ ਆਇਆ 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 ਕੀ ਕਰੀਏ ਯਾਰ ਇਹ ਵੀ ਨਹੀਂ ਥੱਲੇ ਆਉਂਗਾ ਤੇ ਉਨੇ ਟਾਈਮ ਨੂੰ ਬਾਈ ਮੈਂ ਤੁਹਾਨੂੰ ਹਾਂ ਰਮਨ ਐਵੇਂ ਕਰ ਉਹ ਬੱਚਾ ਨਾ ਉਹਨੂੰ ਵੀ ਬਿਠਾ ਦੇ ਛਤਰੀ ਤੇ ਇਹਨੂੰ ਅੱਜ ਆਪਾਂ ਬਿਠਾਉਣਾ ਹੀ ਭੁੱਲ ਗਏ ਇਹ ਹਾਂ ਇਹਨੂੰ ਹਲੇ ਬਾਈ ਇਹ ਬੱਚੇ ਨੂੰ ਯਾਰ ਕੋਈ ਵੀ ਰੰਗ ਨਹੀਂ ਕਰਿਆ ਤੇ ਜਦੋਂ ਬਾਈ ਇਹ ਬੱਚਾ ਆਪਣੇ ਘਰ ਦਾ ਪੂਰਾ ਪੱਕਾ ਹੋ ਗਿਆ ਨਾ ਹਲੇ ਉੱਡਦਾ ਤੇ ਬਾਈ ਨੀਮਾ ਨੀਮਾ ਜਿਹਾ ਉੱਡਦਾ ਉੱਡ ਕੇ ਆ ਕੇ ਛਤਰੀ ਤੇ ਬੈਠਦਾ ਜਾਂਦਾ ਰਮਨ ਕਿੰਨਾ ਖਚੋਸਾ ਹੈ ਮਹੌਚ ਉਸਤਾ ਨਾ ਤੇ ਦਿਖਾ ਦੇ ਦਿਖਾਤਾ ਦੇ ਬਾਈ ਜਿਨ੍ਹਾਂ ਨੂੰ ਦਿਖਾਉਣਾ ਉਹਨਾਂ ਨੂੰ ਤੂੰ ਦਿਖਾਉਂਦਾ ਨਹੀਂ ਹੈ ਐਵੇਂ ਛੱਡਣ ਲੱਗਿਆ ਸੀ ਇਹ ਨੇ ਬਾਈ ਬੱਚੇ ਦੀਆਂ ਅੱਖਾਂ ਤੇ ਇਧਰੋਂ ਵੀ ਦਿਖਾ ਦੇ ਆਹ ਲਓ ਬਾਈ ਠੀਕ ਆ ੜਮਾਨ ਛੱਡ ਦੇ ਆਹ ਦੇਖੋ ਉੱਡਦਾ ਛੱਡ ਦੇ ਬਿਠਾ ਦੇ ਪਤਾ ਨਹੀਂ ਛਤਰੀ ਤੇ ਬੈਠੂਗਾ ਪਤਾ ਨਹੀਂ ਉੱਡੂਗਾ ਇਹ ਹੁਣ ਬਾਈ ਮੈਨੂੰ ਨਹੀਂ ਪਤਾ ਕਿਉਂਕਿ ਇਹਨੂੰ ਆਪਾਂ ਦਿਨ ਹੋ ਗਏ 7 ਹੈ ਨਾ ਨਾ 7-8 ਦਿਨ ਹੋ ਗਏ ਇਹਨੂੰ ਛਤਰੀ ਤੇ ਬਿਠਾਉਂਦੇ ਨੂੰ ਇਧਰੋਂ ਬਾਈ ਉਹ ਆ ਗਿਆ ਕਬੂਤਰ ਇਹ ਆਹ ਦੇਖੋ ਤੇ ਇਧਰੋਂ ਬਾਈ ੜਮਾਨ ਨੇ ਕਬੂਤਰ ਵੀ ਇਹ ਆਹ ਲਓ ਛੱਡਤਾ ਓਏ ਛਤਰੀ ਤੇ ਬੈ ਜਾ ਇਹ ਆ ਮੈਂ ਗਿਆ ਉਠਾਉਣਾ ਇੱਕ ਹੋਰ ਬੱਚਾ ਯਾਰ ਛਤਰੀ ਤੇ ਮੈਂ ਤਾਂ ਭੁੱਲ ਗਿਆ ਸੀ ਮੈਂ ਤੁਹਾਡੇ ਨਾਲ ਬਲੌਗ ਤੇ ਯਾਰ ਗੱਲ ਕਰਨ ਲੱਗ ਗਿਆ ਐਸਾ ਬਾਈ ਮੇਰਾ ਦਿਮਾਗ ਅੜ ਗਿਆ ਉਹ ਪੂਰੇ ਜੇ ਰੰਗ ਦਾ ਕਿੱਥੇ ਆ ਆ ਨਹੀਂ ਨਹੀਂ ਉਹਦੇ ਉਹਦੇ ਇਹ ਹਾਂ ਇਹ ਬੱਚਾ ਸਿਰ ਨਾਲ ਲੱਗੇ ਉੱਪਰ ਦੇਖ ਕੇ ਹਾਂ ਇਹ ਪਤਾ ਕਿਵੇਂ ਬੈਠੂਗਾ ਛਤਰੀ ਤੇ ਇਹਨੇ ਐਵੇਂ ਨਹੀਂ ਬਹਿਣਾ ਪਹਿਲੇ ਇਹਨੂੰ ਉਹ ਛਤਰੀ ਤੇ ਬਿਠਾ ਬਿਠਾ ਇਹਨੂੰ ਨਹੀਂ ਜਾਣਾ ਅਰਮਾਨ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦਾ ਲੈ ਦੇਖ ਲੋ ਯਾਰ ਹਟਦਾ ਨਹੀਂ ਹੁੰਦਾ ਲੈ ਨਾਲ ਮੈਂ ਕਹੀ ਜਾਣਾ ਵੀ ਨਹੀਂ ਜਾਣਾ ਐਵੇਂ ਹਲੇ ਨੂੰ ਦੋ ਦਿਨ ਤਾਂ ਛਤਰੀ ਤੇ ਹੋਏ ਨੂੰ ਬਿਠਾਏ ਇਹਨੂੰ ਤਾਂ ਵਿਚਾਰੇ ਨੂੰ ਹਲੇ ਛਤਰੀ ਦਾ ਪਤਾ ਵੀ ਨਹੀਂ ਹੋਣਾ ਇੱਕ ਮਿੰਟ ਮੈਂ ਫੜ ਲੈਂਦਾ ਇਹ ਆ ਗਿਆ ਹੁਣ ਉਧਰ ਨੂੰ ਇੱਕ ਓਏ ਇਧਰ ਨੂੰ ਇਧਰ ਨੂੰ ਇੱਕ ਮਿੰਟ ਹੁਣ ਟਰੇ ਚੱਕਣੀ ਪੈਣੀ ਆ ਯਾਰ ਇਹ 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 ਬਹਿ ਜਾਣ ਦੇ ਹੁਣ ਫੜ ਲੈ ਉਹ ਦੇਖ ਲੈ ਬਹਿ ਗਿਆ ਨਾ ਛਤਰੀ ਤੇ ਜਾ ਕੇ ਆਪਦੇ ਆਪ ਹੁਣ ਛਤਰੀ ਚੱਕ ਦੇ ਉੱਪਰ ਨੂੰ ਅਰਮਾਨ ਸਭ ਤੋਂ ਸੌਖਾ ਤਰੀਕਾ ਕੋਈ ਨਾ ਪੈਰ ਬਾਦ ਵਿੱਚ ਸਾਫ਼ ਕਰ ਲਈ ਚੱਕ ਦੇ ਛਤਰੀ ਨਹੀਂ ਚੱਕੁੰਦੀ ਹੋਂਦੋਂ ਚੱਲ ਹੁਣ ਚੱਕ ਦੇ ਇਹ ਆ ਲਓ ਬਾਈ ਹਾਂ ਹੁਣ ਤਰੀਕੇ ਦੇ ਨਾਲ ਹਨਾ ਇਹ ਛਤਰੀ ਦੂਜੀ ਛਤਰੀ ਦੇ ਨਾਲ ਲਾ ਲ ਜਮਾ ਨਾਲ ਲਾ ਲ ਦੇਖ ਕੇ ਪਰ ਦੂਜੇ ਨੂੰ ਪਰ ਉਹਨਾਂ ਨੇ ਕਿੱਥੇ ਉੱਡਣਾ ਉਹ ਨਹੀਂ ਉੱਡਦੇ ਚੱਲ ਚੱਲ ਮੈਂ ਤੈਨੂੰ ਇੱਥੋਂ ਦੱਸਦਾ ਵੀ ਛਤਰੀ ਤੇ ਬਹਿ ਗਿਆ ਜਾਂ ਨਹੀਂ ਬੈਠਾ ਹਲੇ ਨਹੀਂ ਬੈਠਿਆ ਛਤਰੀ ਥੋੜੀ ਜੀ ਉਹ ਕਰ ਨਾ ਟੈਡੀ ਜੀ ਕਰ ਯਾਰ ਅਸੀਂ ਬੈਠੂ ਨਹੀਂ ਬੈਠਿਆ ਹਾਂ ਐਵੇਂ ਨਾਲ ਜਿ ਲੈ ਲਾ ਲਾ ਹਾਂ ਹਾਂ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਉਹ ਫੇਰ ਬਹਿ ਗਿਆ ਛਤਰੀ ਤੇ ਫੇਰ ਬਹਿ ਗਿਆ ਫੇਰ ਬਹਿ ਗਿਆ ਆਹ ਬੈਠਾ ਉੱਪਰ ਛਤਰੀ ਤੇ ਬਹਿ ਗਿਆ ਨੇ ਥੱਲੇ गिर ਜਾਣਾ ਬੱਚੇ ਨੇ ਉਹ ਬੈਠਾ ਨਹੀਂ ਥੱਲੇ गिर ਜਾਣਾ ਰਮਨ ਥੋੜਾ ਉੱਚਾ ਕਰਕੇ ਹੋਕਰ ਉਹ ਬੈਠਾ ਓਏ ਓਹੋ ਆ ਜਾ ਆ ਜਾ ਰਮਨ ਤੈਨੂੰ ਪਤਾ ਨਹੀਂ ਲੱਗਿਆ ਵੀ ਛਤਰੀ ਤੇ ਪਰ ਇਹਦੇ ਥੱਲੇ ਨਾ ਕੱਪੜਾ ਲੱਗਿਆ ਹੋਇਆ ਥੱਲੇ ਜੀਰ ਦਿਖਦਾ ਨਹੀਂ ਹੈਗਾ ਵੀ ਬੱਚਾ ਕੋਈ ਛਤਰੀ ਤੇ ਬੈਠਾ ਜ ਨਹੀਂ ਬੇਟਾ ਹੁਣ ਬਾਈ ਇਹ ਵੀ ਜਲਦੀ ਜਲਦੀ ਥੱਲੇ ਆ ਜਾਣਗੇ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਸਾਡਾ ਸਾਰਾ ਪਰਿਵਾਰ ਤਾਂ ਛਤਰੀ ਤੇ ਬੈਠਾ ਹਨਾ ਰਮਨ ਤੇ ਆ ਲਓ ਬਾਈ ਮੈਂ ਤੁਹਾਨੂੰ ਹੁਣ ਬਾਕੀ ਦੇ ਸਾਰੇ ਬੱਚੇ ਦਿਖਾ ਦਿੰਨਾ ਐਵੇਂ ਕਰਦਾ ਇਕੱਲੇ ਇਕੱਲੇ ਤੇ ਕੈਮਰਾ ਰੱਖਦਾ ਠੀਕ ਆ ਪਹਿਲਾਂ ਤਾਂ ਇਹ ਦੇਖੋ ਬੱਚਾ ਇਹ ਬੱਚੇ ਦੀਆਂ ਬਾਈ ਆਪਣੇ ਸੈਟਅਪ ਤੇ ਚਾਰ ਪੰਜ ਉਡਾਰੀਆਂ ਹੋ ਚੁੱਕੀਆਂ ਨੇ ਵਧੀਆ ਉੱਡੇ ਆ ਬਾਈ ਠੀਕ ਆ ਤੇ ਇਹ ਬੱਚੇ ਦੀਆਂ ਵੀ ਭਾਈ ਆਪਣੇ ਸੈਟਅਪ ਤੇ ਚਾਰ ਪੰਜ ਉਡਾਰੀਆਂ ਹੋ ਚੁੱਕੀਆਂ ਨੇ ਤੇ ਇਹ ਬੱਚੇ ਦੀਆਂ ਵੀ ਚਾਰ ਪੰਜ ਉਡਾਰੀਆਂ ਹੋ ਚੁੱਕੀਆਂ ਨੇ ਇਹdੀਆਂ ਵੀ ਤੇ ਭਾਈ ਇਹdੀਆਂ ਤਾਂ ਚਾਰ ਪੰਜ ਤੋਂ ਵੀ ਵੱਧ ਹੋ ਗਈਆਂ ਰੱਤੇ ਦੀਆਂ ਜੀਨੂੰ ਤੁਸੀਂ ਕਮੈਂਟ ਕਰਦੇ ਸੀ ਵੀ ਭਾਈ ਇਹਨੂੰ ਹੈਂਡ ਟੇਮ ਨਾ ਕਰ ਵੀ ਇਹ ਬੱਚਾ ਬਹੁਤ ਵਧੀਆ ਉੱਡੂਗਾ ਤੇ ਇਹ ਬੱਚੇ ਦੀਆਂ ਵੀ ਚਾਰ ਪੰਜ ਉਡਾਰੀਆਂ ਹੋ ਗਈਆਂ ਤੇ ਭਾਈ ਇਹ ਤਾਂ ਗੋਲੀ ਕਬੂਤਰੀ ਆ ਤੇ ਇਹdੀਆਂ ਵੀ ਚਾਰ ਪੰਜ ਉਡਾਰੀਆਂ ਹੋ ਗਈਆਂ ਤੇ ਇਹdੀਆਂ ਤਾਂ ਭਾਈ ਚਾਰ ਪੰਜ ਤੋਂ ਵੀ ਵੱਧ ਹੋ ਗਈਆਂ ਇਹdੀਆਂ ਵੀ ਭਾਈ ਚਾਰ ਪੰਜ ਤੋਂ ਵੱਧ ਹੋ ਗਈਆਂ ਇਹਦੀਆਂ ਸਿਰਫ ਤਿੰਨ ਉਡਾਰੀਆਂ ਹੋਈਆਂ ਨੇ ਜੋ ਬਾਈ ਗੋਲੀ ਕਬੂਤਰੀ ਦਾ ਬੱਚਾ ਠੀਕ ਆ ਇਹਦੀਆਂ ਹੋਈਆਂ ਨੇ ਚਾਰ ਉਡਾਰੀਆਂ ਤੇ ਇਹਦੀਆਂ ਬਾਈ ਹੋਈਆਂ ਨੇ ਤਿੰਨ ਉਡਾਰੀਆਂ ਦੇਖਿਆ ਬਾਈ ਇਕੱਲੇ ਇਕੱਲੇ ਬੱਚੇ ਦੀ ਮੇਰੇ ਇਹ ਵੀ ਜਾਦਾ ਵੀ ਇੰਨੇ ਉਡਾਰੀਆਂ ਹੋ ਚੁੱਕੀਆਂ ਨੇ ਇਹ ਤਾਂ ਬਾਈ ਜੋ ਬੰਦਾ ਕਬੂਤਰ ਰੱਖਦਾ ਹੁਣ ਤੁਸੀਂ ਰੱਖਦੇ ਹੋ ਯਾਰ ਤੁਹਾਨੂੰ ਵੀ ਤਾਂ ਪਤਾ ਨਾ ਤੇ ਉਹ ਤਾਂ ਫਿਰ ਬਾਈ ਸਾਰੀ ਗੱਲ ਦਿਮਾਗ ਦੇ ਵਿੱਚ ਬੈਠ ਜਾਂਦੀ ਆ ਵੀ ਹੁਣ ਤੇ ਉਸ ਤੋਂ ਬਾਅਦ ਵਿੱਚ ਕਰਤੇ ਬਾਈ ਆਪਾਂ ਇਹ ਸਾਰੇ ਬੱਚੇ ਖੁੱਡੇ ਦੇ ਵਿੱਚ ਬੰਦ ਕਿਉਂਕਿ ਅੱਜ ਵੀ ਜਿਵੇਂ ਆਪਣੇ ਬਾਈ ਕਿਸੇ ਵੀ ਕਬੂਤਰ ਨੂੰ ਬਾਜ ਪਿਆ ਨਾ ਫਿਰ ਤੋਂ ਵੀ ਬਾਜ ਪੈ ਸਕਦਾ ਤਾਂ ਕਰਕੇ ਹੁਣ ਖੁੱਡੇ ਦੇ ਵਿੱਚ ਬੰਦ ਕਰਤੇ ਹੁਣ ਜਦੋਂ ਬਾਈ ਅਗਲੀਆਂ ਗਰਮੀਆਂ ਆਉਣਗੀਆਂ ਉਹਨਾਂ ਦੇ ਵਿੱਚ ਬਾਈ ਇਹਨਾਂ ਨੂੰ ਆਪਾਂ ਅੜਾਵਾਂਗੇ ਠੀਕ ਆ ਤੇ ਇੱਧਰ ਬਾਈ ਕਿੱਥੇ ਆ ਗੋਲੀ ਕਬੂਤਰੀ ਆਹ ਦੇਖੋ ਤੇ ਇਹ ਬੈਠਾ ਬਾਈ ਕਬੂਤਰ ਤੇ ਇਹਦੇ ਥੱਲੇ ਨੇ ਬਾਈ ਦੋ ਅੰਡੇ ਥੋੜੇ ਦਿਨਾਂ ਦੇ ਵਿੱਚ ਬਾਈ ਇਹਦੇ ਬੱਚੇ ਵੀ ਬਾਹਰ ਆਉਣੇ ਆਲੇ ਨੇ ਹਾਂ ਸੱਚ ਯਾਰ ਇੱਕ ਮੇਰੇ ਅਨਮਾਨ ਗੱਲ ਯਾਦ ਆ ਗਈ ਮੇਰੇ ਹੁਣ ਯਾਦ ਆਈ ਆ ਤੇ ਜੋ ਆਪਾਂ ਬਾਈ ਥੱਲੇ ਹੈਨਾ ਪਿੰਜਰੇ ਦੇ ਵਿੱਚ ਆਪਾਂ ਜੋੜਾ ਲਵਾਉਂਦੇ ਸੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਆ ਬਾਈ ਇਹ ਕਬੂਤਰ ਐਵੇਂ ਦਾ ਕਿਸੇ ਵੀ ਕਬੂਤਰੀ ਨਾਲ ਜੋੜਾ ਨਹੀਂ ਲਾਉਂਦਾ ਖੁਸ਼ੀ ਵਾਲੀ ਗੱਲ ਇਹ ਆ ਵੀ ਬਾਈ ਇਹੀ ਕਬੂਤਰ ਸੀ ਉਹ ਨਾ ਇਹਨੇ ਬਾਈ ਇਹ ਕਬੂਤਰੀ ਨਾਲ ਕਿੱਥੇ ਆ ਇਹਦੇ ਨਾਲ ਜੋੜਾ ਲਾ ਲਿਆ ਤੇ ਇਹ ਕਬੂਤਰੀ ਦੇ ਬਾਈ ਹੁਣ ਦੋਨੋਂ ਅੰਡੇ ਦਿੱਤੇ ਹੋਏ ਆ ਆ ਦੇਖੋ ਤੇ ਕਬੂਤਰ ਬੈਠਾ ਬਾਈ ਅੰਡਿਆਂ ਦੇ ਉੱਪਰ ਠੀਕ ਆ ਬਾਈ ਇਹ ਬਹੁ ਹੋ ਗਿਆ ਕਿਉਂਕਿ ਭਾਈ ਇਹ ਜੋ ਕਬੂਤਰ ਹੈ ਨਾ ਇਹ ਗਰਮੀਆਂ ਦੇ ਵਿੱਚ ਉੱਡਦਾ ਸੀ ਤੇ ਪੂਰੀਆਂ ਭਾਈ ਐਨ ਸਿਰੇ ਦੀਆਂ ਗਰਮੀਆਂ ਸੀ ਬਹੁਤ ਧੁੱਪ ਸੀ ਉਦਣ 4-5 ਵਜੇ ਆ ਕੇ ਇਹਨਾਂ ਛਤਰੀ ਤੇ ਨਹੀਂ ਸੀ ਬੈਠਿਆ ਉੱਧਰ ਹੈ ਨਾ ਆ ਕੇ ਤੇ ਦੂਰ ਜਾ ਕੇ ਗਿਰ ਗਿਆ ਸੀ ਤੇ ਉੱਥੋਂ ਫਿਰ ਮੈਂ ਚੱਕ ਕੇ ਲੈ ਕੇ ਆਇਆ ਸੀ ਇਹ ਕਬੂਤਰ ਭਾਈ ਤਾਂ ਕਰਕੇ ਮੈਨੂੰ ਇਹਦੇ ਤੇ ਉਮੀਦ ਹੈ ਵੀ ਇਹਦੇ ਬੱਚੇ ਵੀ ਵਧੀਆ ਉੱਡਣਗੇ ਇਹ ਕਬੂਤਰੀ ਆ ਭਾਈ ਕਿਹੜਾ ਦਿਖਾਦਾ ਮਾ ਕਿਹੜਾ ਗਲਾਬੀ ਆਹ ਦਿਖਾ ਤਾਂ ਸਾਰੇ ਤੁਹਾਨੂੰ ਬੱਚੇ ਦਿਖਾਦੇ ਤੇ ਇਧਰ ਬਾਈ ਤੌੜੀ ਹੈਗੀ ਆ ਤੇ ਤੌੜੀ ਦੇ ਵਿੱਚ ਆ ਦੇਖੋ ਬਾਈ ਸਾਫ ਪਾਣੀ ਜਮ ਤੇ ਇਹ ਤੌੜੀ ਹੁਣ ਚੱਕ ਕੇ ਬਾਈ ਆਪਾਂ ਉਧਰ ਰੱਖ ਦੇਣੀ ਆ ਕਿ ਉਧਰ ਬਾਈ ਉਹਨਾਂ ਨੂੰ ਟਾਈਮ ਤੇ ਪੂਰਾ ਪਾਣੀ ਮਿਲਣਾ ਚਾਹੀਦਾ ਕਿਉਂਕਿ ਬਾਈ ਫਿਰ ਉਹਨਾਂ ਦੇ ਬੱਚੇ ਨੇ ਨਾ ਬੱਚਿਆਂ ਨੂੰ ਬਾਈ ਟਾਈਮ ਤੇ ਖਰਾਕ ਮਿਲੂਗੀ ਦਾਣਾ ਮਿਲੂਗਾ ਫਿਰ ਜਲਦੀ ਜਲਦੀ ਕੀ ਹੋਣਗੇ ਬੱਚੇ ਬਾਈ ਵੱਡੇ ਹੋਣਗੇ ਠੀਕ ਆ ਰਮਨ ਆ ਗਿਆ ਬਾਈ ਕਬੂਤਰ ਜੋ ਨੀਮਾ ਨੀਮਾ ਉੱਡਦਾ ਸੀ ਨਾ ਹਲੇ ਤੱਕ ਬਾਈ ਛਤਰੀ ਤੇ ਨਹੀਂ ਬੈਠਿਆ ਆ ਦੇਖੋ ਚੱਲ ਰਮਾਨ ਆਪਦੇ ਆਪ ਆਕੇ ਛਤਰੀ ਤੇ ਬੈਜੂਗਾ ਹੁਣ ਆਪਾਂ ਥੱਲੇ ਜਾਂਦੇ ਆ ਤੇ ਜੋ ਸਾਰੇ ਕਬੂਤਰਾਂ ਨੂੰ ਦਾਣਾ ਪਾ ਦਿੰਨੇ ਆਂ ਪਹਿਲੇ ਥੱਲੇ ਹੁਣ ਕਿ ਇੱਥੇ ਕਢਨਾ ਥੱਲੇ ਹੁਣ ਆ ਜਾ ਇੱਕ ਮਿੰਟ ਰਮਾਨ ਉਧਰ ਜੀ ਜਾ ਕੇ ਨਾ ਉਧਰਲੇ ਆਪਾਂ ਦੇਖ ਲਈਏ ਭਾਈ ਆਪਣੇ ਸਾਰੇ ਜਾਨਵਰ ਰੌਕਸੀ ਦਾ ਕੁਛ ਨਹੀਂ ਪਤਾ ਭਾਈ ਮੈਂ ਇੱਕ ਮਿੰਟ ਦਾ ਵੀ ਰੌਕਸੀ ਤੇ ਭਰੋਸਾ ਨਹੀਂ ਕਰਦਾ ਕਿਉਂਕਿ ਰੌਕਸੀ ਨੇ ਇੱਕ ਵਾਰ ਯਾਰ ਖਰਗੋਸ਼ ਵੜ ਲਿਆ ਸੀ ਮੈਂ ਤੁਹਾਨੂੰ ਦੱਸਿਆ ਨਹੀਂ ਜੀ ਪਰ ਭਾਈ ਉਹ ਖਰਗੋਸ਼ ਬਚ ਗਿਆ ਸੀ ਚਿੱਟੇ ਰੰਗ ਦਾ ਖਰਗੋਸ਼ ਹਲੇ ਵੀ ਆਪਣੇ ਸੈਟਅਪ ਤੇ ਹੈਗਾ ਉਹ ਦੇਖੋ ਕੱਲੀ ਉਹ ਬੈਠੀ ਆ ਹਾਂ ਐਮੀ ਆ ਦੇਖ 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 ਹਾਂ ਵੇਰੀ ਗੁੱਡ ਮੇਰੀ ਨਿਗਾ ਤੇਰੇ ਵਿੱਚ ਆ ਠੀਕ ਆ ਹਾਂ ਮੈਂ ਹਰ ਬਲੌਗ ਦੇ ਵਿੱਚ ਇਹੀ ਗੱਲ ਕਰਦਾ ਉਹਨਾਂ ਸਮਝ ਗਈ ਆਪਦੇ ਆਪ ਨੂੰ ਚਲਾ ਕੇ ਨਾ ਸਮਝ ਹਾਂ ਆਓ ਦੇਖੋ ਬਾਈ ਲੈ ਲਾਂ ਮਜੂਦੇ ਬੱਚੇ ਲੈ ਲਾ ਸਭ ਇਕੱਠੇ ਫਿਰਦੇ ਆ ਯਾਰ ਅਰਮਾਨ ਚੱਲ ਮੈਂ ਥੱਲੇ ਜਾਂਦਾ ਤੂੰ ਕੀ ਕਰਦਾ ਅੰਦਰ ਕਿਹੜਾ ਇਹ ਆਪਦੇ ਆਪ ਹੀ ਆ ਗਿਆ ਗੇਟ ਖੁੱਲਾ ਸੀ ਨਾ ਬਿਠਾਈਆਂ ਨੂੰ ਛਤਰੀ ਤੇ ਇਹ ਤਾਂ ਤਕਰੀਬਨ ਹੋ ਗਿਆ ਛਤਰੀ ਦਾ ਪੱਕਾ ਇਹ ਏ ਏ ਏ ਬਹਿ ਗਿਆ ਫਿਰ ਤੋਂ ਦੁਬਾਰਾ ਆ ਆ ਗਿਆ ਭਾਈ ਦੋਨੋਂ ਕਬੂਤਰਾ ਬਣੇ ਆ ਦੇਖ ਲਾ ਰਮਾਨ ਦੂਜਾ ਜੋ ਨੀਮਾ ਨੀਮਾ ਉੱਡਦਾ ਸੀ ਉਹ ਫੇਰ ਉੱਚਾ ਹੋ ਗਿਆ ਰਮਾਨ ਆ ਗਿਆ ਲੈ ਐ ਕਿਉਂ ਕਰਦਾ ਰਮਾਨ ਉਹਨੂੰ ਅੰਦਰੇ ਕਰ ਲੈਂਦਾ ਯਾਰ ਅੰਦਰ ਕਰਕੇ ਫੜਦਾ ਫਿਰ ਉਸ ਤੋਂ ਬਾਅਦ ਵਿੱਚ ਫੇਰ ਛਤਰੀ ਦੇ ਬਿਠਾ ਦਿੰਦਾ ਤੂੰ ਗੇਟੇ ਬੰਦ ਕਰ ਦੇ ਅਗਰ ਤੈਨੂੰ ਫੜਨ ਦੀ ਜ਼ਰੂਰਤ ਨਹੀਂ ਪੈਣੀ ਇਹਨੇ ਆਪਦੇ ਆਪ ਐਵੇਂ ਕਰ ਉਹਨਾਂ ਨੇ ਆਉਣਾ ਆਪਣੀ ਮਰਜ਼ੀ ਨਾਲ ਥੱਲੇ ਸਮਝ ਗਿਆ ਮੇਰੀ ਗੱਲ ਹੁਣ ਜਿੰਨੀਆਂ ਮਰਜ਼ੀ ਬੜਕਈਆਂ ਦੇ ਲਾ ਜੇ ਉਹਨੇ ਬੜਕਈਆਂ ਤੇ ਆਉਣਾ ਹੁੰਦਾ ਇੰਨੇ ਟਾਈਮ ਨੂੰ ਆ ਜਾਣਾ ਸੀ ਏ ਆ ਲਓ ਭਾਈ ਠੀਕ ਆ ਆਜਾ ਆਪਾਂ ਥੱਲੇ ਚੱਲਦੇ ਆ ਹੁਣ ਨਹੀਂ ਲਗੜਾਉਂਦੀ ਕਿਉਂਕਿ ਹੁਣ ਇੱਕ ਟਾਈਮ ਵੀ ਸ਼ਾਮ ਦਾ ਹੋ ਚੁੱਕਿਆ ਇਹ ਗੇਟ ਬਾਈ ਆ ਲਓ ਖੋਲਤਾ ਤੇ ਇਧਰ ਤੋਂ ਦਾਣਾ ਬਾਈ ਕੱਢ ਲੈਨੇ ਆ ਰਮਾਨ ਦਾਣਾ ਸੀ ਉਰੇ ਕਿਤੇ ਗਿਆ ਆ ਪਿਆ ਬਾਈ ਸਾਰੇ ਕਬੂਤਰਾਂ ਨੂੰ ਪਤਾ ਵੀ ਹੋਣਾ ਕਿ ਦਾਣੇ ਦਾ ਟਾਈਮ ਆ ਦੇਖੋ ਬਾਈ ਆਪਦੀ ਆਪਦੀ ਥਾਂ ਤੋਂ ਉੱਟ ਕੇ ਆ ਗਏ ਇਹ ਥੁੜੀਆ ਜਿਹੇ ਛੱਤ ਵਾਲੇ ਕਬੂਤਰਾਂ ਨੂੰ ਸਰੋਂ ਮਿਲਦੀ ਆ ਜੇ ਛੱਤ ਵਾਲੇ ਕਬੂਤਰਾਂ ਦੇ ਬੱਚੇ ਨੇ ਤਾਂ ਬੱਚੇ ਇਹਨਾਂ ਦੇ ਵੀ ਨੇ ਠੀਕ ਆ ਫਿਰ ਤਾਂ ਕਰਕੇ ਬਾਈ ਇਹਨਾਂ ਨੂੰ ਵੀ ਸਰੋਂ ਉਹਨੀਆਂ ਮਿਲਣੀਆਂ ਜਿੰਨੀ ਬਾਈ ਛੱਤ ਵਾਲਿਆਂ ਨੂੰ ਮਿਲਦੀ ਆ ਹਲੋ ਬਾਈ ਇਹਨਾਂ ਨੂੰ ਦੋ ਤੇ ਸਰੋਂ ਦੀਆਂ ਪਾਦਨਾਂ ਆਉਂਨਾ ਮੈਂ ਪੂਰੀਆਂ ਭਰਮੀਆਂ ਤਿੰਨ ਮੁਠੀਆਂ ਤੇ ਆਹ ਲਓ ਬਾਈ ਸਰੋਂ ਰੱਖ ਦਿੰਨੇ ਆਪਾਂ ਇੱਥੇ ਇਹ ਬੱਚਾ ਯਾਰ ਮੈਂ ਇੱਥੋਂ ਚੱਕ ਕੇ ਦੇਖਿਆ ਸੀ ਫਿਰ ਤੋਂ ਦੁਬਾਰਾ ਬਾਈ ਉਹਦੀ ਥਾਂ ਤੇ ਛੱਡਤਾ ਤੇ ਇਹ ਟੋਕਰੀ ਦੇ ਵਿੱਚ ਬਾਈ ਬੱਚੇ ਨੇ ਅਰਮਾਨ ਉਹਨਾਂ ਦਾ ਮੈਂ ਤੈਨੂੰ ਰੰਗ ਦਿਖਾਉਣਾ ਆ ਜਾ ਦੇਖੋ ਯਾਰ ਮੇਰੇ ਦਿਮਾਗ ਦੇ ਵਿੱਚ ਪਤਾ ਕੀ ਆਇਆ ਵੀ ਇਹ ਦੋ ਬੱਚਿਆਂ ਦੇ ਵਿੱਚੋਂ ਆਪਾਂ ਇੱਕ ਬੱਚਾ ਹੈਂਡ ਟੇਮ ਕਰਦੇ ਆਂ ਪਰ ਫਿਰ ਇੱਕ ਵਾਰ ਮੇਰੇ ਦਿਮਾਗ ਦੇ ਵਿੱਚ ਦੂਜੀ ਗੱਲ ਇਹ ਆਈ ਆ ਯਾਰ ਮੈਨੂੰ ਇਹ ਵੀ ਕਬੂਤਰੀ ਲੱਗਦੀ ਆ ਆ ਦੇਖੋ ਜਮਾ ਬਾਈ ਕਾਲੇ ਰੰਗ ਦਾ ਬੱਚਾ ਆ ਦੇਖੋ ਠੀਕ ਆ ਆ ਲਓ ਚੰਗੀ ਤਰ੍ਹਾਂ ਦੇਖੋ ਦੇਖ ਲਿਆ ਇਹ ਬੱਚੇ ਨੂੰ ਮੈਂ ਸੋਚਦਾ ਸੀ ਵੀ ਆਪਾਂ ਹੈਂਡ ਟੈਮ ਕਰੀਏ ਕਿਉਂਕਿ ਪਿਛਲੀ ਵਾਰ ਆਪਾਂ ਜੋ ਬਾਈ ਰੱਤਾ ਬੱਚਾ ਸੀ ਨਾ ਉਹ ਹੈਂਡ ਟੈਮ ਕਰਨਾ ਸੀ ਫਿਰ ਤੁਸੀਂ ਮੈਨੂੰ ਕਿਹਾ ਤੁਸੀਂ ਕੈਨਸਲ ਕਰਵਾਤਾ ਤੇ ਫਿਰ ਹੁਣ ਯਾਰ ਇੱਕ ਬੱਚਾ ਆਪਾਂ ਹੈਂਟਿੰਗ ਕਰਾਂਗੇ ਕਿਉਂਕਿ ਜੋ ਬਾਈ ਆਪਣੇ ਸਬਸਕ੍ਰਾਈਬਰ ਨੇ ਨਾ ਆਪਣੇ ਹੈਂਟਿੰਗ ਬੱਚੇ ਨੂੰ ਦੇਖਣਾ ਚਾਹੁੰਦੇ ਆ ਫਿਰ ਉਹਨਾਂ ਦੀ ਵੀ ਤਾਂ ਮਨੋਕਾਮਨਾ ਪੂਰੀ ਕਰਨੀ ਹੈ ਨਾ ਆਪਾਂ ਯਾਰ ਨਾਰਾਜ਼ ਕਿਸੇ ਨੂੰ ਨਹੀਂ ਹੋਣ ਦੇਣਾ ਠੀਕ ਆ ਇਹ ਬੱਚੇ ਨੇ ਬਾਈ ਇਹ ਥੱਲਣ ਦੇ ਕਿਸੇ ਵੀ ਕਬੂਤਰੀ ਦੇ ਅੰਡਿਆਂ ਦੇ ਵਿੱਚੋਂ ਬੱਚੇ ਨਹੀਂ ਬਾਹਰ ਆਏ ਹੋਏ ਇਹ ਛੱਤ ਵਾਲੇ ਅੰਡੇ ਸੀਗੇ ਕਿਸੇ ਕਬੂਤਰੀ ਨੇ ਜੋ ਨੇ ਵੀ ਦਿੱਤੇ ਨਾ ਫਿਰ ਉਸ ਤੋਂ ਬਾਅਦ ਲੈ ਕੇ ਯਾਰ ਹੁਣ ਮੇਰੇ ਯਾਦ ਤਾਂ ਨਹੀਂ ਹੈਗਾ ਵੀ ਇਹ ਕਿਹੜੀ ਕਬੂਤਰੀ ਦੇ ਅੰਡੇ ਸੀ ਇੱਧਰ ਹੁਣ ਕੋਈ ਵੀ ਕੰਮ ਨਹੀਂ ਹੈਗਾ ਆਹ ਦੇਖੋ ਬਾਈ ਸੈਂਟੀਨੇਟ ਇੱਥੇ ਬੈਠੇ ਪਤਾ ਕਿਉਂ ਇਹ ਜਰ ਇਹ ਬਰਤਨ ਦੇ ਵਿੱਚ ਪਾਣੀ ਨਹੀਂ ਪੀਂਦੇ ਇਹਨਾਂ ਨੂੰ ਬਾਈ ਪਾਣੀ ਸਪੈਸ਼ਲ ਦੇਣਾ ਪੈਂਦਾ ਇੱਥੇ ਰੱਖਣਾ ਪੈਂਦਾ ਹੁਣ ਜਿੰਨੇ ਵੀ ਆਪਣੇ ਕੋਲ ਤਕਰੀਬਨ ਕਬੂਤਰ ਨੇ 100 ਦੇ ਵਿੱਚੋਂ 90% ਇੱਥੇ ਆ ਕੇ ਪਾਣੀ ਪੀਣਗੇ ਉਹ ਬਾਈ ਤੂੰ ਅੰਦਰ ਕਿਉਂ ਫਿਰਦਾ ਆਹ ਦੇਖ ਤੇਰੇ ਨਾਲ ਦੇ ਸਾਰੇ ਦਾਣਾ ਖਾਂਦੇ ਆ ਆ ਜਾ ਫਿਰ ਭੁੱਖਾ ਰਹੇ ਜਿੰਗਾ ਚੱਲ ਤੂੰ ਵੀ ਦਾਣਾ ਖਾ ਆ ਗਿਆ ਚੱਲ ਰਮਾਂ ਚੱਲੀਏ ਬਾਹਰ ਰੌਕਸੀ ਦੇਖੋ ਆਹ ਦੇਖਿਓ ਆਹ ਦੇਖੋ ਖੜੀ ਆ ਤੇ ਮੈਂ ਤੁਹਾਨੂੰ ਇੱਧਰ ਜੀ ਦਿਖਾਉਣਾ ਆਹ ਦੇਖੋ ਇਹ ਆਹ ਦੇਖੋ ਐਵੇਂ ਕਦੇ ਕਦੇ ਨਾ ਟੈਡੀ ਜੀ ਖੜ ਜਾਂਦੀ ਆ ਯਾਰੇ ਅਰਮਾਨ ਦੇਖ ਤਾਂ ਆਪਣੇ ਉਹ ਆਗੇ ਬੱਚੇ ਛੁੱਟਦੇ ਸੀ ਕਹੇ ਲੈ ਉੱਡਦੀ ਨੇ ਮੈਨੂੰ ਲੱਗਦਾ ਬਾਈ ਹਲੇ ਉੱਡਦੀ ਨੇ ਤਿੰਨ ਦੇ ਤੈਨੂੰ ਉਹੀ ਬੱਚੇ ਬੈਠੇ ਆ ਆ ਉੱਡਦੇ ਆ ਅਰਮਾਨ ਇਹ ਤਾਂ ਟਿਕ ਗਏ ਬਾਈ ਆਹ ਦੇਖੋ ਉੱਪਰ ਜਾ ਕੇ ਦੋਨੋਂ ਟਿਕ ਗਏ ਇੱਕ ਇਹਨਾਂ ਤਾਂ ਦਾਣਾ ਵੀ ਨਹੀਂ ਖਾਦਾ ਹੋਇਆ ਭੁੱਖੇ ਨੇ ਇਹ ਤਾਂ ਫਿਰ ਬਾਈ ਪੂਰਾ ਰੱਜ ਕੇ ਅਰਮਾਨ ਥੱਲੇ ਉਤਰਨਗੇ ਹਨਾ ਤੇ ਇਹ ਵੀਡੀਓ ਦਾ ਐਂਡ ਵੀ ਇੱਥੇ ਕਰ ਦਨੇ ਆ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਯਾਰ ਜਰੂਰ ਬਈ ਸਬਸਕ੍ਰਾਈਬ ਕਰ ਲਿਓ ਤੇ ਅੱਜ ਬਾਈ ਮੈਂ ਤੁਹਾਨੂੰ ਦਿਖਾਤੇ ਬੱਚੇ ਵੀ ਤੇ ਤਕਰੀਬਨ ਜੋ ਵੱਡੇ ਕਬੂਤਰ ਸੀ ਉਹ ਵੀ ਦਿਖਾਤੇ ਤੇ ਉਹਨਾਂ ਦੇ ਬਾਈ ਅੱਗੇ ਬੱਚੇ ਵੀ ਦਿਖਾਤੇ ਤੇ ਹੋਰ 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 ਕੁਝ ਨਹੀਂ ਓਕੇ ਬਾਈ ਯਾਰ ਕਰਤੀ ਬਾਈ ਤੁਹਾਡੀ ਸਭ ਦੀ ਮਨੋ ਕਾਮਨਾ ਪੂਰੀ ਹੈ ਨਾ ਹੁਣ ਫਿਰ ਮੇਰੀ ਮਨੋ ਕਾਮਨਾ ਕੀ ਆ ਜਿਆਦਾ ਤੁਹਾਡੇ ਜਿਨ੍ਹਾਂ ਦਾ ਬਾਈ ਨਹੀਂ ਚੈਨਲ ਕਰਿਆ ਹੋਇਆ ਕੀ ਬਾਈ ਸਬਸਕ੍ਰਾਈਬ ਕਰੋ ਕਰ ਦੋ ਯਾਰ ਫਿਰ ਕੀ ਹੁੰਦਾ ਕਰਕੇ ਦਾ ਦੇਖੋ ਫਿਰ ਆਪਣੇ ਬਲੌਗ ਆਉਂਦੇ ਰਹਿੰਦੇ ਆ ਤੇ ਆਪਣੀਆਂ ਸ਼ਾਰਟ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਫਿਰ ਬਾਈ ਤੁਸੀਂ ਆਪਣੇ ਪਿਆਰੇ ਪਿਆਰੇ ਜੇ ਸੋਹਣੇ ਸੋਹਣੇ ਜੇ ਜਾਨਵਰ ਦੇਖਦੇ ਹੋ ਨਾ ਤੇ ਫਿਰ ਮੈਨੂੰ ਵੀ ਖੁਸ਼ੀ ਹੁੰਦੀ ਆ ਨਾ ਵੀ ਆਪਣੇ ਇੰਨੇ ਵਿਊ ਆ ਗਏ ਹਨਾ ਹਰ ਵੀਡੀਓ ਦੇ ਉੱਪਰ ਫਿਰ ਬਾਈ ਜੋ ਮੈਂ ਅਗਲੀ ਵੀਡੀਓ ਬਣਾਉਂਗਾ ਇਸ ਤੋਂ ਵੀ ਜ਼ਿਆਦਾ ਜਨੂਨ ਵਿੱਚ ਹੋ ਕੇ ਬਣਾਉਂਗਾ ਤਾਂ ਕਰਕੇ ਮੈਂ ਕਹਿੰਨਾ ਕਰ ਦੋ ਬਾਈ ਫਿਰ ਸਬਸਕ ਮਾਂ ਤੂੰ ਹਸਦਾ ਤਾਂ ਨਹੀਂ ਸੀ ਮੇਰੇ ਪਿੱਛੇ ਖੜਾ ਦੱਸ ਦੇ ਨੀਵੇਂ ਨੂੰ ਪਤਾ ਲੱਗ ਜਾਣਾ ਨਹੀਂ ਨਹੀਂ ਕਹਿੰਦਾ ਨਹੀਂ ਹੱਸਦਾ ਠੀਕ ਠਾਕ